ਹਾਂਜੀ ਤੇ ਗੁੱਡ ਮਾਰਨਿੰਗ ਆ ਸਾਰਿਆਂ ਨੂੰ, ਤੇ ਨਵਾਂ ਦਿਨ ਨਵੀਂ ਸ਼ੁਰੂਆਤ ਹੋ ਗਈ ਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਆ। ਤੇ ਅਸੀਂ ਮੌਸਮ ਵਧੀਆ ਸੀਗਾ ਅੱਜ, ਬਹੁਤ ਜ਼ਿਆਦਾ ਮੌਸਮ ਵਧੀਆ ਸੀਗਾ, ਤਾਂ ਪਹਿਲਾਂ ਅਸੀਂ ਸੋਚਿਆ ਭੋਗਪੁਰ ਚੱਲਦੇ ਹਾਂ, ਫਿਰ ਅਸੀਂ ਭੋਗਪੁਰ ਨਹੀਂ ਗਏ ਕਿਉਂਕਿ ਇੱਕ ਤਾਂ ਬਾਰਿਸ਼ ਹੋਣੀ ਸੀ, ਦੂਸਰਾ ਅਵਨੀਤ ਦਾ ਪੇਟ ਨਹੀਂ ਸੀ ਠੀਕ, ਅਤੇ ਹੁਣ ਅਸੀਂ ਬਣਾਉਣ ਲੱਗੇ ਹਾਂ ਪਕੌੜੇ, ਮੇਰਾ ਦਿਲ ਕਰ ਰਿਹਾ ਸੀ ਮੰਮੀ ਕਹਿੰਦੇ ਚੱਲ ਲਾ ਲੈਂਦੇ ਹਾਂ ਪਕੌੜੇ, ਅਤੇ ਬਾਕੀ ਦੇਖ ਤੋ ਜੀ ਅਸੀਂ ਬਣਾਉਣ ਲੱਗੇ ਹਾਂ ਪਕੌੜੇ, ਮੌਸਮ ਹੈਗਾ ਅੱਜ ਵਧੀਆ, ਅਤੇ ਨਾਲ ਬਣ ਰਹੀ ਹੈ ਚਾਹ ਗੁੜ ਵਾਲੀ, ਅਸੀਂ ਖੰਡ ਵਾਲੀ ਚਾਹ ਘੱਟ ਬਣਾਉਂਦੇ ਹਾਂ, ਗੁੜ ਵਾਲੀ ਚਾਹ ਜ਼ਿਆਦਾ ਬਣਾਉਂਦੇ ਹਾਂ, ਅਤੇ ਅਵਨੀਤ ਸੋ ਰਹੀ ਆ, ਅਤੇ ਹੁਣ ਅਸੀਂ ਸੋਚ ਰਹੇ ਹਾਂ ਕਿ ਪਕੌੜੇ ਖਾਈਏ, ਅਵਨੀਤ ਨੀਨੀ ਕਰਦੀ ਨੀਨੀ ਨੀ ਤਾਂ ਪੀਤੇ, ਉੱਠ ਜੋ ਟਿੱਡੇ ਮਿੱਡੇ ਟਿੱਡੀ ਮਿੱਡੀ, ਅਤੇ ਬਾਕੀ ਅਸੀਂ ਮੌਸਮ ਦਾ ਇੰਜੋਏ ਲੈਂਦੇ ਹੋਏ ਅੱਜ ਮੌਸਮ ਵਧੀਆ ਸੀਗਾ, ਤੇ ਕਹਿੰਦੇ ਪਕੌੜੇ ਖਾਂਦੇ ਪਕੌੜੇ ਪਕੌੜੇ ਖਾਵਤ ਹੈ, ਨਿੱਤੇ ਕੋਬੇ ਪਰ ਨਿੱਤੇ ਦਾਦੂ ਆ ਵੀ ਗਏ, ਤੂੰ ਸੁੱਤਾ ਹੀ ਰਹਿ ਗਿਆ ਭਾਜੀ, ਪਕੌੜੇ ਖਾਊਗਾ ਨਿੰਨੀ ਕਰਨੀ ਤਾਂ ਕਰ ਲਓ, ਪੇਟ ਤੁਹਾਡਾ ਅੱਗੇ ਖਾਬ ਹੋਇਆ ਆ। ਅੱਜ ਵਧੀਆ ਮੌਸਮ ਸੀਗਾ ਤੇ ਸਫਾਈ ਸਫੂਈ ਕਰਕੇ ਅਸੀਂ ਜਲਦੀ ਵਿਹਲੇ ਹੋ ਗਏ ਸੀਗੇ, ਮੈਂ ਮੋਰਨਿੰਗ ਹੀ ਕੰਮ ਕਰਨ ਲੱਗ ਗਈ ਸਾਰਾ, ਮੈਂ ਕਿਹਾ ਹੁਣ ਇੱਕੋ ਵਾਰੀ ਰੱਖ ਕੇ ਬੰਦਾ ਨਹਾ ਨੂ ਕੇ ਆਰਾਮ ਨਾਲ ਬੈਠਦਾ, ਅਤੇ ਦੀਪ ਜੀ ਨਾਲ ਗੱਲ ਕੀਤੀ, ਦੀਪ ਜੀ ਅੱਜ ਛੁੱਟੀ 'ਤੇ ਸੀਗੇ ਅਤੇ ਵਧੀਆ ਗੱਲ ਹੋ ਗਈ ਥੋੜ੍ਹੀ ਬਹੁਤ, ਅਤੇ ਅੱਗੇ ਮੰਮੀ ਵੀ ਕਹਿੰਦੇ ਕਹਿੰਦੇ ਅੱਜ ਦੀਪ ਗੱਲਾਂ ਘੱਟ ਕਰਦਾ, ਸਾਰੇ ਕਹਿੰਦੇ ਡੈਡੀ ਘੱਟ ਗੱਲਾਂ ਕਰਦੇ ਦੀਪ ਘੱਟ ਗੱਲ ਕਰਦੇ, ਸਾਰੇ ਇੱਦਾਂ ਹੀ ਆ, ਜਿਹਨੂੰ ਜਿਹਨੂੰ ਪੁੱਛ ਲਓ ਸਭ ਨੇ ਇਹੀ ਕਹਿਣਾ ਯਾਰ ਅਸੀਂ ਗੱਲਾਂ ਨਹੀਂ ਕਰਦੇ। ਅਤੇ ਪਕੌੜੇ ਬਣ ਰਹੇ ਆ ਪਕੌੜੇ, ਚਾਹੇ ਕਿ ਸਾਥ ਪਕੌੜੇ ਖਾਏਗਾ ਬੱਚਾ, ਬੱਚਾ ਚਾਹ ਨਾ ਪਕੌੜੇ ਖਾਏਗਾ। ਓਕੇ ਤੁਹਾਡਾ ਭਲਾ ਹੋ ਜੇ, ਮੰਮੀ ਨੇ ਤਾਂ ਪਕੌੜਿਆਂ ਦੇ ਨਾਲ ਮੂੰਹ ਹੀ ਪਕੌੜਾ ਬਣਾ ਲਿਓ, ਮੰਮੀ ਨੇ ਪਕੌੜਿਆਂ ਦੇ ਨਾਲ ਮੂੰਹ ਨਾ ਪਕੌੜਾ ਬਣਾ ਦਿਓ ਮੰਮੀ। ਮੇਰੇ ਨਾਲ ਵੀ ਕੱਲ੍ਹ ਇੱਦਾਂ ਹੀ ਹੋਇਆ ਸੀ, ਫਿਰ ਮੈਂ ਨਾ ਸਬਜ਼ੀ ਵੇਲੇ, ਪਕੌੜਿਆਂ ਦਾ ਵੀ ਮਜ਼ਾ ਇੱਕ ਅਲੱਗ ਜਿਹਾ ਹੁੰਦਾ, ਬਾਹਰੋਂ ਭਾਵੇਂ ਜਿੰਨੇ ਮਰਜ਼ੀ ਪਕੌੜੇ ਲਿਆਓ, ਪਰ ਜੋ ਘਰ ਪਕੌੜੇ ਬਣਾ ਕੇ ਸਵਾਦ ਹੁੰਦਾ ਨਾ ਉਹ ਘਰ ਹੀ ਆਉਂਦਾ। ਅੱਜ ਅਸੀਂ ਘੁੰਮਣ ਜਾਣਾ ਸੀਗਾ, ਪਏ ਦਾਦੀ ਪੋਤੀ ਨੇ ਚੰਗੀ ਨੀਂਦ ਲਾਈ ਆ, ਉਹ ਵੀ ਸੋ ਗਏ, ਦੀਦੀ ਵੀ ਸੋ ਗਈ, ਅਤੇ ਬਸ ਹੁਣ ਅਸੀਂ ਖਾਵਾਂਗੇ ਪਕੌੜੇ ਨਾਲ ਚਾਹ ਪੀਵਾਂਗੇ, ਫਿਰ ਦੀਪਕ ਜੀ ਨੂੰ ਪੁੱਛੂੰਗੀ ਉਹ ਕੀ ਕਰ ਰਿਹਾ, ਅਤੇ ਵਲੌਗਸ ਤੁਹਾਨੂੰ ਹੁਣ ਡੇਲੀ ਡੇਲੀ ਮਿਲਦੇ ਰਹਿਣਗੇ, ਮੇਰੇ ਕੋਲ ਜਿਵੇਂ ਦਾ ਵਲੌਗ ਬਣ ਹੁੰਦਾ ਮੈਂ ਉਵੇਂ ਦਾ ਬਣਾਇਆ ਕਰੂੰਗੀ। ਪਹਿਲਾਂ ਮੈਂ ਵਿੱਚ ਵਲੌਗਿੰਗ ਬਿਲਕੁਲ ਬੰਦ ਕਰ ਦਿੱਤੀ ਸੀਗੀ ਕਿਉਂਕਿ ਮਨ ਜਿਹਾ ਨਹੀਂ ਕਰਦਾ ਸੀਗਾ, ਫਿਰ ਮੈਂ ਦੀਪ ਜੀ ਨੂੰ ਥੋੜ੍ਹਾ ਐਕਟਿਵ ਕੀਤਾ ਕਿ ਕੁਛ ਵਲੌਗਸ ਬਣਾਇਆ ਕਰ, ਅਤੇ ਹੁਣ ਆਪਾਂ ਜਦੋਂ ਇਕੱਠੇ ਮਿਲਾਂਗੇ ਫਿਰ ਹੋਰ ਵਧੀਆ ਲੱਗੂਗਾ। ਅੱਜ ਦਾ ਵਲੌਗ ਵੀ ਆ ਗਿਆ ਦੇਖੋ, ਅਤੇ ਹਰ ਇੱਕ ਵਲੌਗ ਨੂੰ ਇੰਜੋਏ ਕਰਿਆ ਕਰੋ, ਅਤੇ ਮੇਰੇ ਕੋਲ ਫਿਰ ਸਾਰਾ ਕੁਛ ਘਰੇਲੂ ਹੀ ਹੁੰਦਾ ਆ, ਮੈਂ ਬਾਹਰ ਘੱਟ ਵੱਧ ਹੀ ਜਾਂਦੀ ਹਾਂ, ਜਦੋਂ ਜਾਊਂਗੀ ਬਾਹਰਲਾ ਵੀ ਦਿਖਾਇਆ ਕਰੂੰਗੀ, ਅਤੇ ਬਾਕੀ ਮੈਂ ਜਾਂਦੀ ਘੱਟ ਵੱਧ ਹੀ ਹਾਂ, ਅਵਨੀਤ ਦੀ ਕਾਰ ਇੱਦਾਂ ਹੀ ਪਈ ਆ, ਮੌਸਮ ਵਧੀਆ ਹੋਵੇ ਤਾਂ ਅਵਨੀਤ ਚਲਾਇਆ ਕਰੇ, ਹੁਣ ਇਹਨੇ ਉੱਠ ਕੇ ਕਹਿਣਾ ਮੰਮਾ ਮੰਮਾ ਜੀ ਉਤਰੋ 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 ਉਤਰੋ, ਓਏ 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 ਓਏ, ਉਹ ਉਤਰ ਗਿਆ, ਬਸ ਜਿੰਨੀ ਦੇਰ ਅਸੀਂ ਰੈਸਟ ਕਰਨੀ ਸੀ ਕਰ ਲਈ, ਹੁਣ ਸ਼ੇਰ ਪੁੱਤਰ ਜੀ ਉੱਠ ਗਏ ਨੇ। ਹਾਂਜੀ ਕਿੱਦਾਂ ਤੁਰੀ ਜਾਂਦੇ, ਓਏ ਹੋਏ ਓਏ ਹੋਏ, ਫੜ ਲਓ ਫੜ ਲਓ ਨਹੀਂ ਤੈਨੂੰ ਫੜ ਲਓ ਫੜ ਲਓ, ਤੂੰ ਇੱਧਰ ਕਿੱਧਰ ਆ ਗਿਆ, ਆਏ ਆਏ ਸ਼ਮਾ ਗਿਆ ਸ਼ਮਾ ਗਿਆ ਸ਼ਮਾ ਗਿਆ, ਇਹ ਲੜਕੀ ਸ਼ਰਮਾ ਗਈ ਰੇ ਨਹੀਂ ਤਾਂ ਸ਼ਮਾ ਗਿਆ ਰੇ, ਤੂੰ ਸ਼ਮਾਇਆ ਕਿਉਂ ਸੀ ਅਜੀ, ਪਾਪਾ ਦੇ ਗੱਲਾਂ ਕਰ ਲਈਆਂ, ਨਹੀਂ ਤਾਂ ਸੁੱਤਾ ਹੀ ਰਹਿ ਗਿਆ, ਦਾਦੂ ਵੀ ਆ ਗਏ, ਦਾਦੂ ਨੂੰ ਮਿਲਿਆ ਸੀ ਤੂੰ, ਉਹ ਆ ਵੀ ਗਏ, ਆ ਗਏ ਜੀ ਆ ਗਏ ਜੀ ਆ ਗਏ, ਅਤੇ ਬਾਕੀ ਚਲੋ ਖਾ ਪੀ ਲਈਏ ਪਕੌੜੇ ਨਾਲ ਚਾਹ, ਅਤੇ ਫਿਰ ਦੀਪ ਜੀ ਦਾ ਫੋਨ ਆਉਂਦਾ ਅਤੇ ਉਹਨਾਂ ਨਾਲ ਕਰਦੇ ਹਾਂ ਕੁਛ ਗੱਲਾਂ,
ਤੇ ਫਿਰ ਦੱਸਦੇ ਆ ਅੱਗੇ ਕੀ ਕਾਰਵਾਈ ਹੁੰਦੀ ਆ। ਪਕੌੜੇ ਪਕੌੜੇ, ਕਈ ਪਾਲਕ ਵਾਲੇ ਪਕੌੜੇ ਬਣਾਉਂਦੇ ਆ, ਕੋਈ ਬੈਂਗਣ ਦੇ ਪਕੌੜੇ ਬਣਾਉਂਦੇ ਆ, ਕੋਈ ਗੋਭੀ ਦੇ, ਇੱਕ ਫਰੈਂਚ ਫਰਾਈਜ਼ ਬਣਾਉਂਦੇ ਆ, ਇੱਕ ਕਈ ਨਾ ਇੱਦਾਂ ਵੀ ਖਾਂਦੇ ਆ ਮਿਰਚ ਲੈ ਕੇ ਨਾ, ਹਰੀ ਮਿਰਚ ਉਹਨੂੰ ਚੰਗੀ ਤਰ੍ਹਾਂ ਬੇਸਣ 'ਚ ਡਿਪ ਕਰਕੇ ਫਿਰ ਉਹਨੂੰ ਤਲਣਾ। ਓਹੋ, ਮੈਂ ਨਹੀਂ ਖਾ ਸਕਦੀ। ਕਈ ਲੋਕਾਂ ਨੂੰ ਮੈਂ ਦੇਖਿਆ ਖਾਂਦੇ, ਮੈਂ ਕਿਹਾ ਨਾ 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 ਨਾ, ਮੈਂ ਨਹੀਂ ਖਾ ਸਕਦੀ। ਹਮ ਨਹੀਂ ਖਾ ਸਕਦੇ, ਹਮ ਨਹੀਂ ਖਾ ਸਕਦੇ, ਹਮ ਨਹੀਂ ਖਾ ਸਕਦੇ। ਅਤੇ ਲਓ ਜੀ, ਪਕੌੜੇ ਬਣ ਕੇ ਸਾਡੇ ਰੈਡੀ ਹੈ। ਅਮਨੀਤ ਖਾ ਰਹੀ ਹੈ, ਮੰਮੀ ਆ ਰਹੇ ਆ, ਅਤੇ ਚਾਏ ਵੀ ਰੈਡੀ ਹੈ, ਚਾਏ। ਅਤੇ ਹੁਣ ਅਸੀਂ ਸਵਾਦ ਲੈ ਲਈਏ ਪਕੌੜਿਆਂ ਦਾ, ਇਹ ਨਾ ਹੋਵੇ ਠੰਡੇ ਹੋ ਜਾਣ ਤੁਹਾਨੂੰ ਦਿਖਾਉਣ ਕਰਕੇ, ਅਤੇ ਅਸੀਂ ਖਾ ਲਈਏ ਫਿਰ ਗੱਲ ਕਰਦੇ ਹਾਂ। ਵਾਸੀਆਂ ਜੀ ਮਾਰੀ ਜਾਂਦੇ ਸਾਡੀ, ਇੱਥੇ ਸ਼ਾਮ ਹੋ ਗਈ ਹੈ ਤੇ ਇੱਥੇ ਵਾਸੀਆਂ ਦੇਖੋ। ਨਿਤੇ ਤੇਰੇ ਪਾਪਾ ਨਾਲ ਗੱਲਾਂ ਕਰੀ ਜਾਂਦੇ, ਕਹਿ ਮੇਰੇ ਪਾਪਾ ਆ ਸੌਂ ਜਾਂਦੇ, ਸੌਂ ਜਾਂਦੇ, ਕਹਿ ਸੋਣਾ ਨੀ, ਕਹਿ ਸੋਣਾ ਨੀ। ਨਿਤੇ ਕੌਣ ਹੈ? ਮੇਰਾ ਫੋਨ ਦੇ, ਫੋਨ ਲੈ ਲਾ, ਲੈ ਲਾ, ਲੈ ਲਾ ਫੋਨ, ਲੈ ਲਾ। ਕਹਿੰਦੇ ਪਾਪਾ ਆ ਮੇਰੇ, ਲੜੋ ਲੜੋ ਦਾਦੀ ਪੋਤੀ। ਮੰਮੀ ਦਿਓ, ਮੈਂ ਦਿਓ, ਦੇਖਿਓ ਕੀ ਗੱਲ ਕਰਦੀ। ਚੱਲ ਕਰ, ਚੱਲ ਕਰ ਗੱਲ, ਕਿ ਪੁੱਛ ਪਾਪਾ ਨੂੰ ਕਿ ਮੇਰੇ ਹੋ ਕਿ ਦਾਦੀ ਦੇ। ਫਿਰ ਗੱਲ ਕਰਨੀ ਆ, ਫਿਰ ਉਹਨਾਂ ਨੂੰ ਕਰ ਲੈਂਦੋ। ਅਵਨੀਤ ਇੱਥੇ, ਅਵਨੀਤ ਦਾ ਇਹੀ ਰੋਲਾ ਰਹਿੰਦਾ, ਜਦੋਂ ਪਾਪਾ ਦਾ ਉਹਦੇ ਫੋਨ ਆਉਂਦਾ ਤੇ ਗੱਲ ਨਹੀਂ ਕਰਦੇ, ਦੀਦੀ ਦਾ ਫੋਨ ਖਿੱਚ ਲਿਆ। ਨਿਤੇ ਕਰਨ ਦੋ ਗੱਲ ਪਾਪਾ ਨਾਲ, ਮਾਰ ਦਿੰਦੀ ਤੇ ਦੱਸ ਉਹਨਾਂ ਦਾ ਪੁੱਤਰ ਉਹ ਕਹਿੰਦੇ ਗੱਲ ਕਰਨੀ। ਪਾਪਾ ਦੀ ਫੋਟੋ ਤੇ ਲੈ ਕੇ ਆ ਅੱਗੇ ਆਓ। ਦੀ ਬੋਲੋ, ਜੋਨੀ ਜੋਨੀ ਬੁਲਾਉਂਦੀ ਹੈ, ਬੋਲੋ ਬੋਲੋ। ਟੈਲਿੰਗ ਲਾਏ ਨਹੀਂ, ਟੈਲਿੰਗ ਲਾਏ, ਓਪਨ ਯੋ ਮਾਊਥ, ਵੈਰੀ ਗੁੱਡ, ਕਲੈਪਿੰਗ ਕਰੋ ਦਾਦੀ ਬਈ। ਉਹਨੇ ਇੰਨੀ ਸੋਹਣੀ ਪੋਇਮ ਸੁਣਾਈ ਹੈ, ਇੰਨੀ ਸੋਹਣੀ ਪੋਇਮ ਸੁਣਾਈ ਮੇਰੇ ਬੱਚੇ ਨੇ, ਕਲੈਪਿੰਗ ਕਰੋ। ਉਹ ਨਾ ਆਪਣੇ ਪਾਪਾ ਦੀ ਟੀਚਰ ਬਣੀ ਹੋਈ ਹੈ ਜੋਨੀ ਜੋਨੀ, ਫੇਸ ਤਾਂ ਦਿਖਾਓ ਇਹਦੇ 'ਚ, ਵੀਡੀਓ 'ਚ ਫੇਸ ਦਿਖਾਓ ਪਾਪਾ ਦਾ। ਮੈਨੂੰ
ਕਹਿੰਦੀ ਮੈਂ ਤੁਹਾਡੇ ਕੋਲ ਆਣਾ। ਦੇਖੋ ਨਿੱਕੇ ਨਿੱਕੇ ਬੱਚੇ ਵੀ ਕਿੱਦਾਂ ਆਪਣੇ ਪਾਪਾ ਨੂੰ ਮਿਸ ਕਰਦੇ, ਮੈਂ ਤੁਹਾਡੇ ਕੋਲ ਆਣਾ। ਮੰਮੀ ਚੱਕ ਲਓ, ਚੱਕ ਮੰਮੀ ਚੱਕ ਲਓ, ਚੱਕ ਲਓ ਫੋਨ, ਮੰਮੀ ਚੱਕ ਲਓ, ਚੱਕ ਲਓ ਚੱਕ ਲਓ ਚੱਕ ਲਓ ਚੱਕ ਲਓ ਨਹੀਂ ਆਉਂਦੇ, ਨਹੀਂ ਆਉਂਦੇ, ਮੰਮੀ ਚੱਕ ਲਓ ਚੱਕ ਲਓ। ਆ ਦਹੀਂ ਮੈਨੂੰ, ਦਹੀਂ ਮੈਨੂੰ, ਦਹੀਂ ਪਾਪਾ ਦਾ ਫੋਨ, ਦਹੀਂ ਮੈਂ ਇੱਕ ਗੱਲ ਕਰਨੀ ਨਹੀਂ ਤੇ ਬਹੁਤ ਜ਼ਰੂਰੀ। ਹਾਂ ਦਾਦੀ ਨੇ ਆਪਣੇ ਹੱਥ ਚ ਲੈ ਲੇ ਪੈਪੇ, ਦੇਣੇ ਨੀ ਆਦੇ, ਲੁਕਾ ਲੇ ਫਟਾਫਟ, ਲੈ ਲੈ ਕਿ ਮੇਰੇ ਪਾਚੇ ਆ। ਮੈਂ ਪਾਪਾ ਨੂੰ ਸ਼ਿਕਾਇਤ ਲਾ ਦੂੰਗਾ ਆਪਣੇ, ਜਾਇਆ ਨੀ ਕਹਿੰਦੇ ਕਿ ਮੈਂ ਪਾਪਾ ਨੂੰ ਸ਼ਿਕਾਇਤ ਲਾਵਾ। ਦੇ ਨੀ ਬੋਲਦੇ, ਦੇ ਦੋ ਬੋਲਦੇ। ਮੇਰੇ ਪੈਸੇ ਦੇ, ਕਹਿੰਦੀ ਦੀਪ ਦੇਖੋ ਕਿੱਦਾਂ ਬੋਲਦੀ, ਮੇਰੇ ਪੈਸੇ ਦੀਏ ਕਿੰਨੇ ਤੇ। ਮੰਮੀ ਨੂੰ ਆਈਫੋਨ ਲੈ ਕੇ ਦਿੱਤਾ ਸੀ, ਵਾਹ ਕਿਹੜਾ। ਮੰਮੀ ਦੀ ਗੱਲਬਾਤ ਹੁੰਦੀ ਸੀ ਨਾ ਫਿਰ, ਮੈਨੂੰ ਤਾਂ ਲੈ ਕੇ ਨੀ ਦਿੱਤਾ ਦੀਪ ਨੇ ਆਈਫੋਨ, ਤੁਹਾਨੂੰ ਲੈ ਤਾ ਸੀ ਪਾਪਾ। ਦੀਪ ਤੁਸੀਂ ਮੈਨੂੰ ਕਿੰਨਾ ਕੁ ਮਿਸ ਕਰਦੇ, ਦੀਪ ਸਾਨੂੰ ਕਿੰਨਾ ਮਿਸ ਕਰਦੇ ਯਾਰ। ਏਦਾਂ ਨੀ ਬਣਨਾ, ਸੁਣੋ ਉਹਦੇ ਵੀ ਕਿੱਦਾਂ ਬੋਲਦੀ ਦੀਪਾ। ਅੱਜ ਜਾਣਾ, ਅੱਜ ਰਾਤ ਨੂੰ ਫੋਨ ਨਿੱਕੇ, ਰੁਕੋ ਪੁੱਤ ਰੁਕੋ, ਫੋਨ ਆ ਪਾਪਾ ਦਾ, ਮੰਮਾ ਗੱਲ ਕਰ ਲਵੇ। ਹਾਂਜੀ ਬੋਲੋ ਵੀ ਕੁਛ ਦੀਪੇ, ਦੀਪੇ ਹੈਂ ਲੈ, ਮੈਂ ਗੱਲ ਕਰਨ ਦੀ, ਤੁਹਾਨੂੰ ਨੀਂਦ ਆਈ ਜਾਂਦੀ ਪਈ ਆ ਕਹਿ ਦੋ। ਅੱਛਾ ਸਹੀ ਪਕੜਿਆ ਬੰਦਾ, ਕੋਈ ਪਿਆਰ ਭਰੀ ਗੱਲ ਕਰ। ਕਿੰਨਾ ਸੋਹਣਾ ਵਿਊ ਆ, ਤੇ ਅੱਜ ਅਸੀਂ ਲੈਣ ਚੱਲੇ ਹਾਂ ਸੋਡਾ। ਵੈਸੇ ਕਹਿਣ ਵਾਲੇ ਨੇ ਕਹਿਣਾ ਸੋਡਾ ਨੂੰ ਸੱਸ ਪੈ ਕੇ ਲਾਉਂਦੇ, ਨਹੀਂ ਭਰਾਵਾ ਅਸੀਂ ਲੈਮਨ ਸੋਡਾ ਪੀਣਾ ਸੀਗਾ, ਮੇਰਾ ਮਨ ਕਰ ਰਿਹਾ ਸੀਗਾ, ਨਹੀਂ ਮਿਲ ਰਿਹਾ ਸੀਗਾ। ਇਹ ਦਾਦੀ ਦੌੜਾ ਪਾਇਆ ਸਾਨੂੰ ਪੋਤੀ ਨੇ, ਅਤੇ ਅਸੀਂ ਲੈਮਨ ਸੋਡਾ ਸੋਡਾ ਲੈਣ ਆਏ ਹਾਂ, ਲੈਮਨ ਸੋਡਾ ਬਣਾਵਾਂਗੇ। ਅਤੇ ਮੇਰਾ ਬਹੁਤ ਮਨ ਕਰ ਰਿਹਾ ਸੀ, ਗਰਮੀ ਬਹੁਤ ਜ਼ਿਆਦਾ ਆ, ਅਤੇ ਬਾਕੀ ਪਹਿਲਾਂ ਲੈ ਲਈਏ, ਦੇਖੇ ਮਿਲਦਾ ਵੀ ਹੈ, ਪਿੰਡ ਵਾਲੀ ਦੁਕਾਨਾਂ ਤੋਂ ਚੀਜ਼ਾਂ ਘੱਟ ਹੀ ਮਿਲਦੀਆਂ ਆ, ਅਤੇ ਪਹਿਲਾਂ ਲੈ ਲਈਏ। ਇਹ ਬੜਾ ਡੇਂਜਰਸ ਡੋਕੀ ਆ, ਹੋਏ 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 ਹੋਏ, ਇਹਦੀ ਸ਼ਕਲ ਹੀ ਬੜੀ ਡੇਂਜਰਸ ਆ। ਹਾਂਜੀ ਅਤੇ ਅੱਜ ਦੇ ਵਲੋਗ ਦੀ ਕਰਦੇ ਹਾਂ ਇੱਥੇ ਹੀ ਐਂਡਿੰਗ। ਖੁਸ਼ ਰਹੋ, ਆਬਾਦ ਰਹੋ, ਜਾਂ ਫਿਰ ਆਪਣੇ ਸੱਜਣ ਸਿਓ ਕੇ ਪਾਸ ਰਹੋ। ਸਾਡਾ ਇੰਨਾ ਕੀ ਵਲੋਗ ਹੁੰਦਾ, ਮਨੀਤ ਦੀਆਂ ਗੱਲਾਂ ਹੋਈਆਂ ਉਹਦੇ ਪਾਪਾ ਨਾਲ ਅੱਜ ਫੋਨ 'ਤੇ, ਅਤੇ ਪਾਪਾ ਨੂੰ ਕਹਿੰਦੀ ਆ ਦੀਪਾ ਦੀਪਾ ਦੀਪਾ, ਅਤੇ ਮੰਮੀ ਦੀ ਵੀ ਗੱਲਾਂ ਹੋ ਗਈਆਂ, ਮੇਰੀਆਂ ਵੀ ਗੱਲਾਂ ਹੋ ਗਈਆਂ, ਇੱਥੇ ਹੀ ਬਾਏ ਕਰਦੇ ਹਾਂ।